ताजा मामला मुल्लापुर दाखा तो सामने आया है जिथे कि बीते कल अणपछाते नौजवानों वालों दो रेहड़ी वालों उत्ते राड़ा नाल कातलाना हमला करके उन्होंने गंभीर जख्मी कर दिता जिन्हां विचों कि जामणा की रेहड़ी लाने वाला आजाद नगर मुल्लापुर वासी कृष्ण जखमा की ताव नूं ना चलता होया मौत दे मूंह विच चला गया जबकि दूसरा नौजवान रविंदर सिंह गंभीर रूप विच जख्मी हो गया जिस तों कि पुलिस ने मामले की जानकारी हासिल करके अणपछाते नौजवानों खिलाफ वख-वख धाराओं तहत मामला दर्ज कर लिया है अते अगली कार्रवाई शुरू कर दी है। ਰਿਸ਼ ਕੁਮਾਰ ਜੀ ਕੀ ਗੱਲ ਹੈ ਤੁਹਾਡੇ ਭਰਾ ਨਾਲ? ਮੈਨੂੰ ਫੋਨ ਆਇਆ ਵੀ ਤੁਹਾਡੇ ਭਾਈ ਦੇ ਸੱਟਾ ਮਾਰ ਗਏ ਕੋਈ। ਮੈਂ ਪਹੁੰਚਿਆ ਤਾਂ ਮੈਂ ਦਿਓਲ ਹੋਸਪਿਟਲ ਗਿਆ। ਦਿਓਲ ਹੋਸਪਿਟਲ ਵਾਲੇ ਨੇ ਉਹਨਾਂ ਨੂੰ ਪੱਟੀ ਪੁੱਟੀ ਕਰਕੇ ESI ਰੈਫਰ ਕਰ ਦਿੱਤਾ ਜੀ। ESI ਵਾਲੇ ਨੇ ਪੱਟੀਆਂ ਪੁੱਟੀਆਂ ਗਾਂ ਪਟਿਆਲਾ ਭੇਜ ਦਿੱਤਾ ਜੀ, ਰਜਿੰਦਰਾ ਹੋਸਪਿਟਲ। ਉੱਥੇ ਵੀ ਨਹੀਂ ਗੱਲ ਬਣੀ, ਫਿਰ ਸਾਨੂੰ ਕਹਿੰਦੇ ਵੀ ਚੰਡੀਗੜ੍ਹ ਲੈ ਜਾਓ PGI। PGI ਲੈ ਜਾਂਦੇ ਵਕਤ ਉਹਨਾਂ ਦੀ ਰਾਹ 'ਚ ਡੈਥ ਹੋ ਗਈ। ਕੀ ਗੱਲ ਤੁਹਾਨੂੰ ਪਤਾ ਲੱਗਿਆ ਵੀ ਤੁਹਾਡੇ ਭਰਾ ਨੂੰ ਕਿਹੜੀ ਗੱਲੋਂ ਹਮਲਾ ਕੀਤਾ ਗਾ? ਤੁਹਾਡੇ ਭਰਾ ਤੋਂ ਕੋਈ ਕਿਸ ਤਰ੍ਹਾਂ ਦੀ ਕੋਈ ਜਾਂ ਪਹਿਲਾਂ ਵੀ ਕੋਈ ਲੜਾਈ ਝਗੜਾ? ਕੋਈ ਲੜਾਈ ਝਗੜਾ ਨਹੀਂ, ਕੋਈ ਅਨਹੋਣੀ ਦਾ ਕੋਈ ਉਹ ਨਹੀਂ ਹੋਇਆ। ਤੁਸੀਂ ਕੀ ਮੰਗ ਕਰਦੇ ਪੁਲਿਸ ਪ੍ਰਸ਼ਾਸਨ ਤੋਂ? ਪੁਲਿਸ ਪ੍ਰਸ਼ਾਸਨ ਤੋਂ ਵੀ ਕਰਦੇ ਵੀ ਕਾਰਵਾਈ ਕੀਤੀ ਜਾਵੇ, ਕਤਲਿਆਂ ਦਾ ਪਤਾ ਲਗਾਇਆ ਜਾਵੇ। ਪਹਿਲਾਂ ਵੀ ਤੁਹਾਡੇ ਭਰਾ 'ਤੇ ਕੋਈ ਹਮਲਾ ਹੋਇਆ ਜੀ? ਹਾਂਜੀ ਹੋਇਆ ਸੀ ਜੀ, ਉਹ ਵੀ 15-20 ਦਿਨ ਪਹਿਲਾਂ ਹੋਇਆ ਸੀ। ਅਸੀਂ ਕਿਹਾ ਵੀ ਉਹ ਲੋਹਾ ਲੁੱਟਾ ਖੋਹਾ ਕਰਨ ਵਾਲੇ, ਉਹਨੇ ਤਾਂ ਕਾਰਵਾਈ ਕਾਹਨੂੰ ਕਰਾਉਣੀ ਹੋਈ ਹੈ, ਇਸ ਕਰਕੇ ਛੱਡਤੀ ਸੀ। ਆ ਗੱਲ ਮੈਂ ਜੀ ਇੱਥੇ ਜੀ ਮੈਂ ਉੱਥੇ ਮੋਟਰਸਾਈਕਲ ਆਏ ਤੇ 3 ਬੰਦੇ ਤੇ ਬਲੈਕ ਕਲਰ ਮਿੱਠੀ ਮੇਰੀ ਸਾਰੀ ਸਪਲੈਂਡਰ ਸੀ, ਜਹਾਂ ਤੱਕ ਨਾਮ ਵੀ ਨਹੀਂ ਦੇਖ ਉਸਨੇ ਦੇਖਿਆ ਸੀ, ਦੇਖਾ ਮੈਨੇ। ਔਰ ਫਿਰ ਮੈਂ ਉੱਥੇ ਛੱਲੇ ਬੋਲਣ ਲਗਾ ਇੱਥੇ ਆ ਕੇ, ਅਤੇ ਬੰਦੇ ਨੇ ਪਤਾ ਨਹੀਂ ਕਿੰਨੇ ਕਿੱਥੇ ਸੱਟ ਮਾਰੀ। ਫਿਰ ਮੈਂ ਉਹਦੇ ਛੱਲੇ ਬੁੰਡਾ ਤਾਂ ਮੇਰੇ ਸੱਟ ਲੱਗੀ ਹੈ, ਪਤਾ ਨਹੀਂ ਕਿਆ ਮਾਰ ਕਿਆ ਨਹੀਂ, ਮੈਨੂੰ ਯਾਦ ਨਹੀਂ। ਮੈਂ ਬੇਹੋਸ਼ ਹੋ ਗਿਆ, ਜਿੱਥੇ ਮੇਰੀ ਅੱਖ ਖੁੱਲੀ ਹੈ ਅਤੇ ਸਾਰੀ ਭੀੜ ਲੱਗੀ ਹੋਈ ਸੀ ਬਹੁਤ ਸਾਰੀ। ਮੈਨੂੰ ਇਹ ਵੀ ਨਹੀਂ ਪਤਾ ਕਿੱਥੇ ਮੇਰੀ ਇੱਕ ਅੱਖ ਬੰਦੀ ਹੋ ਗਈ ਸੀ, ਮੈਨੂੰ ਤਾਂ ਜ਼ਿਆਦਾ ਦਿਖ ਨਹੀਂ ਰਿਹਾ ਤਾ, ਮੇਰੇ ਕੋਲ ਚੱਕਰ ਆ ਰਹੇ ਤੇ। ਕਿੰਨੇ ਬੰਦੇ ਤੇ? ਬੰਦੇ 3 ਸੀ, ਉਸਕੇ ਬਾਅਦ ਆਏ ਹੋਗੇ ਅੱਗੇ ਪਿੱਛੇ, ਤੋਂ ਤਾਂ ਕਹਿ ਨਹੀਂ ਸਕਦਾ। ਤੇਰੇ ਸਾਥ ਵੀ ਕੋਈ ਬਾਤ ਹੋਈ ਸੀ? ਨਹੀਂ, ਮੇਰੇ ਸਾਥ ਕੋਈ ਬਾਤ ਨਹੀਂ, ਮੈਂ ਤਾਂ ਜਿੱਥੇ ਆਇਆ ਮੇਰੇ ਤਾਂ ਕੋਈ ਗੱਲ ਨਹੀਂ, ਕਿਸੇ ਦੀ ਲੜਾਈ ਨਹੀਂ, ਝਗੜਾ ਨਹੀਂ। ਤੇਰੇ ਕਿਉਂ ਮਾਰਾ? ਮੈਨੂੰ ਵੀ ਤਾਂ ਨਹੀਂ ਪਤਾ ਮੇਰੇ ਕਿਉਂ ਮਾਰ ਦਿਆ। ਕਿਆ ਨਾਮ ਹੈ ਆਪਕਾ? ਰਵਿੰਦਰ। ਕਹਾਂ ਕੇ ਰਹਿਣੇ ਵਾਲੇ ਹੋ? ਗਾਜ਼ੀਆਬਾਦ। ਠੀਕ ਹੈ, ਕਹਾਂ ਕਿਆ ਕੰਮ ਕਰਦੇ ਥੇ ਆਂ? ਮੈਂ ਉਧਰ ਯਹਾਂ 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 ਮੈਂ ਛੱਲੀਆਂ ਲਾਤਾ ਜੀ, ਪਹਿਲੇ ਸਬਜ਼ੀ ਲਾਤਾ ਤਾਂ ਛੱਲੀਆਂ ਲਾਣੇ ਲਗਾ। ਉੱਥੇ ਹੀ ਪੁਲਿਸ ਵੱਲੋਂ ਘਟਨਾ ਸਥਾਨ ਦਾ ਜਾਇਜ਼ਾ ਲੈਣ ਪੁੱਜੇ DSP ਗੁਰਵੰਸ ਸਿੰਘ ਬੈਂਸ ਨੇ ਕਿਹਾ ਕਿ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ ਅਤੇ ਕਈ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਦੇਖੋ, ਕੱਲ ਸ਼ਾਮ ਦਾ ਟਾਈਮ ਸੀ, ਕੱਲ ਸ਼ਾਮ ਬਾਰਿਸ਼ ਜਦੋਂ ਪੈ ਰਹੀ ਸੀ, ਆ ਮੇਰੇ ਪਿੱਛੇ ਜਿਹੜੀ ਜਗ੍ਹਾ ਹੈ 2 ਰੇਹੜੀਆਂ ਵਾਲੇ ਖੜੇ ਸੀ, ਇੱਕ ਕ੍ਰਿਸ਼ਨ ਕੁਮਾਰ ਅਤੇ ਇੱਕ ਦੂਸਰਾ ਸੀਗਾ ਰਵਿੰਦਰ। ਇੱਕ ਦੀ ਜਾਮਣਾ ਦੀ ਰੇਹੜੀ ਸੀ, ਇੱਕ ਛੱਲੀਆਂ ਦੀ ਰੇਹੜੀ ਸੀ। ਇਹਨਾਂ ਦੇ ਦੱਸਣ ਮੁਤਾਬਕ 2 ਮੋਟਰਸਾਈਕਲਾਂ 'ਤੇ 3-4 ਬੰਦੇ ਆਏ, ਉਹਨਾਂ ਨੇ ਆ ਕੇ ਜਿਹੜਾ ਰੇਹੜੀ ਵਾਲਾ ਸੀ, ਇੱਕ ਜਾਮਣਾ ਦੀ ਰੇਹੜੀ ਵਾਲਾ, ਉਹਨੂੰ ਕੁੱਟਣਾ ਸ਼ੁਰੂ ਕਰਤਾ। ਉਹਦੇ ਸਿਰ 'ਚ ਅਤੇ ਉਹਦੇ ਲੱਤਾਂ ਬਾਹਾਂ 'ਤੇ ਸੱਟਾਂ ਮਾਰੀਆਂ। ਉਹਨਾਂ ਕੋਲ ਪਾਣੀ ਵਾਲੀਆਂ ਲੋਹੇ ਦੀਆਂ ਪਾਈਪਸ ਫੜੀਆਂ ਹੋਈਆਂ ਸੀ ਅਤੇ ਜਿਹੜਾ ਜਾਮਣ ਵਾਲਾ ਸੀ ਉਹਨੂੰ ਇੰਜਰਡ ਕਰਕੇ ਇਸੇ ਜਗ੍ਹਾ ਤੋਂ ਮੌਕੇ ਤੋਂ ਭੱਜ ਗਿਆ। ਅਜੇ ਤੱਕ ਮੌਕੇ 'ਤੇ ਕੋਈ ਸਾਨੂੰ ਆਈ ਵਿਟਨੈਸ ਨਹੀਂ ਮਿਲ ਰਿਹਾ, ਅਜੇ ਤੱਕ ਜਿਹੜਾ ਇੰਜਰਡ ਹੈ ਇਹ ਕੋਈ ਪ੍ਰੋਪਰਲੀ ਸਾਨੂੰ ਸਟੇਟਮੈਂਟ ਵੀ ਨਹੀਂ ਲਿਖਾ ਰਿਹਾ। ਮੈਨੂੰ ਇਹ ਲੱਗਦਾ ਕਿ ਵਜ੍ਹਾ ਰੰਜਿਸ਼ ਕੋਈ ਪੁਰਾਣੀ ਇਹਨਾਂ ਦੀ ਕੋਈ ਲਾਗਡਾਰ ਲੱਗ ਰਹੀ ਹੈ, ਕਿਉਂਕਿ ਇਹ ਰੋਡ ਰੇਜ ਨਹੀਂ ਹੈ, ਨਾ ਹੀ ਕੋਈ ਲੁੱਟ ਖਸੁੱਟ ਦੀ ਨੀਅਤ ਨਾਲ ਝਗੜਾ। ਇਹ ਸਟੋਰੀ ਤੋਂ ਇਹ ਲੱਗਦਾ ਮਿੱਥ ਕੇ ਕੁੱਟਣ ਜਾਂ ਉਹਨੂੰ ਮਾਰਨ ਆਏ ਸੀ। ਅਸੀਂ ਉਹਨਾਂ ਦੀਆਂ ਫੈਮਿਲੀਜ਼ ਨੂੰ ਬੁਲਾ ਕੇ ਹੁਣ ਪੁੱਛਗਿੱਛ ਕਰਨ ਲੱਗੇ। ਪਹਿਲਾਂ ਅਸੀਂ ਕੇਸ ਰਜਿਸਟਰ ਕਰਾਂਗੇ, ਪਰਚਾ ਦਰਜ ਹੋਣ ਤੋਂ ਬਾਅਦ ਤਫਤੀਸ਼ ਦੇ ਵਿੱਚ ਸਾਰੇ ਤੱਥ ਸਾਹਮਣੇ ਉੱਭਰ ਕੇ ਆ ਰਹੇ। ਕਹਿੰਦੇ ਮਹੀਨਾ ਪਹਿਲੇ ਵੀ ਇਹਨਾਂ ਵਾਰਦਾਤ ਹੋਈ ਹੈ, ਕੋਈ ਲੜਾਈ ਇਹ ਜਸਟ ਮੈਨੂੰ ਇਹਦਾ ਬੇਟਾ ਹੁਣੇ ਮਿਲਿਆ, ਇਹਦੇ ਬੇਟੇ ਨੇ ਮੈਨੂੰ ਦੱਸਿਆ ਵੀ ਮਹੀਨਾ ਪਹਿਲਾਂ ਜੀ ਇਹਦੇ ਫਾਦਰ ਨਾਲ ਕਿਸੇ ਨੇ ਝਗੜਾ ਕੀਤਾ ਸੀ। ਇਸੇ ਗੱਲ ਕਰਕੇ ਲੱਗਦਾ ਵੀ ਕੋਈ ਫੈਮਿਲੀ ਐਨਮਿਟੀ ਹੈ। ਉਸ ਗੱਲ ਦੀ ਹੁਣ ਅਸੀਂ ਸਾਰੇ ਐਂਗਲਸ ਤੋਂ ਸਾਰੇ ਪੱਖਾਂ ਤੋਂ ਅਸੀਂ ਇਹਦੀ ਜਾਂਚ ਕਰਾਂਗੇ। ਸਮੱਸਿਆ ਕੋਈ ਵੀ ਹੋਵੇ ਜੜ ਤੋਂ ਖਤਮ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ, ਕੱਟਣ ਵਾਲੇ ਨੂੰ ਮੂੰਹ ਮੰਗਿਆ ਇਨਾਮ। ਜਿਵੇਂ ਮਨ 'ਚ ਆਇਆ ਪਿਆਰ, ਪਤੀ ਪਤਨੀ 'ਚ ਅਣਬਣ, ਕਾਲੇ ਜਾਦੂ ਦਾ ਖਾਤਮਾ, ਵਸ਼ੀਕਰਨ, ਲਾਟਰੀ ਨੰਬਰ ਪਾਓ, ਪਿਆਰ ਵਿੱਚ ਧੋਖਾ ਖਾਧੇ ਹੋਏ ਪ੍ਰੇਮੀ ਪ੍ਰੇਮਿਕਾ ਸੌਤਨ ਦੁਸ਼ਮਣ ਨੂੰ ਵਸ ਵਿੱਚ ਕਰਵਾਉਣ ਲਈ ਸੰਪਰਕ ਕਰੋ। ਪੰਡਿਤ AK ਸ਼ਾਸਤਰੀ, ਤੁਸੀਂ ਸੰਪਰਕ ਕਰ ਸਕਦੇ ਹੋ 99056 90490।
की तुहाडा विदेश विच घूमण दा है सुपना? की तुसी विदेश विच पढ़ना चाहुंदे हो या फिर विदेश जाके वसण दा है इरादा या रिफ्यूजल दा कर रहे हो सामना? ता एक ही भरोसे योग नाम है SE इंटरनेशनल इमीग्रेशन कंसल्टेंट प्राइवेट लिमिटेड। टूरिस्ट वीजा, स्टडी वीजा, PR ਅਤੇ ਹਰ ਤਰ੍ਹਾਂ ਦੇ ਵੀਜ਼ੇ ਦਾ ਮਾਮਲਾ ਕੈਨੇਡਾ, USA, ਆਸਟ੍ਰੇਲੀਆ, UK ਅਤੇ ਨਿਊਜ਼ੀਲੈਂਡ ਤਾਂ ਤੁਹਾਡਾ ਰਾਹਗੀਰ ਬਣੇਗਾ SE ਇੰਟਰਨੈਸ਼ਨਲ ਇਮੀਗ੍ਰੇਸ਼ਨ ਕੰਸਲਟੈਂਟ ਪ੍ਰਾਈਵੇਟ ਲਿਮਟਿਡ। ਸੰਪਰਕ ਕਰੋ 73407-37362 73407-37369। ਮੈਂ ਆਪਣੇ ਇਹ ਮੋਢਿਆਂ ਅਤੇ ਗੋਢਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ, 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਵਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਵਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਕੁ ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ। ਅਤੇ ਮੇਰੇ ਵਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ। ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ। ਕਿਤਨਾ ਕਿਤੇ ਅਸੀਂ ਆਪਣੇ ਵਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ ਕਿ ਤੁਸੀਂ ਸੋਸਾਇਟੀ 'ਚ ਬੈਠੇ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੈ, ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੋਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੋਨਫੀਡੈਂਟ ਹਾਂ। ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ, ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।